ਵੇਖੋ ਤੇ ਬਾਕੀ ਚਲੋ ਉਹਨਾਂ ਦੋਵਾਂ ਦੇ ਜਲਵੇ ਵੇਨੇ ਕੀ ਕਰਦੇ ਨੇ। ਹਾਂ ਵੇਖੋ ਐਟਮ ਨੇ ਕੀਤਾ ਕਾਂਡ ਵੇਖੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ ਦੇ ਵਿੱਚ। ਵਲੌਗ ਮੈਂ ਥੋੜ੍ਹਾ ਲੇਟ ਹੀ ਸਟਾਰਟ ਕਰਨੇ ਆ, ਜਿੱਦਾਂ ਕੱਲ੍ਹ ਵਾਲੇ ਵਲੌਗ ਤੁਹਾਨੂੰ ਮੈਂ ਕਿਹਾ ਸੀਗਾ ਕਿ ਹੋ ਸਕਦਾ ਆਪਾਂ ਜੋਨੀਅਰ ਦੇ ਉੱਤੇ ਮਾੜਾ ਮੋਟਾ ਕੰਮ ਸਟਾਰਟ ਕਰੀਏ ਅੱਜ, ਤੇ ਉਹ ਕੰਮ ਮੈਂ ਸਟਾਰਟ ਕੀਤਾ ਹੋਇਆ ਸਾਰਾ ਦੱਸਦਾ ਤੁਹਾਨੂੰ, ਤੇ ਉਦੋਂ ਬਾਅਦ ਫਿਰ ਚੱਲਾਂਗੇ ਥੱਲੇ ਤੇ ਥੱਲੋਂ ਵਾਲੇ ਜਿਹੜੇ ਕੰਮ ਨੇ ਉਹ ਰਵੇੜਾਂਗੇ। ਤੇ ਆਪਾਂ ਜਿਹੜਾ ਜੋਨੀਅਰ 5310 ਬਣਾਉਣ ਦਾ ਸੀ ਉਹਦੇ 'ਤੇ ਕੰਮ ਸਟਾਰਟ ਕੀਤਾ ਹੋਇਆ। ਇੱਥੇ ਮੈਂ ਪ੍ਰਿੰਟਿੰਗ ਦਾ ਕੰਮ ਹੈ, ਜਿਹੜਾ ਟਰੈਕਟਰ ਦਾ ਪਲੇਟਫਾਰਮ ਸੀਗਾ ਉਹ ਮੈਂ ਡਿਜ਼ਾਇਨ ਕਰ ਲਿਆ ਸਾਰਾ, ਤੇ ਇਹ ਮੇਨ ਟਰੈਕਟਰ ਦਾ ਇੱਕ ਪਾਰਟ ਹੈ ਜਿਹਦੇ ਉੱਤੇ ਸਾਰਾ ਟਰੈਕਟਰ ਆਪਣਾ ਖੜਾ ਹੋਣਾ ਹੈ। ਸਾਹਮਣਾ ਮਜ਼ਬੂਤ ਇਹ ਹੋਣਾ ਚਾਹੀਦਾ ਕਿਉਂਕਿ ਹੁੱਕ ਵੀ ਇਹਦੇ ਨਾਲ ਲੱਗਣੀ ਹੈ, ਪਿਛਲੇ ਟਾਇਰਾਂ ਦਾ ਜ਼ੋਰ ਵੀ ਸਾਰਾ ਇਹਦੇ 'ਤੇ ਹੋਣਾ। ਇਸ ਕਰਕੇ ਇਹਨੂੰ ਕਾਫੀ ਮੈਂ ਹਾਈ ਕੁਆਲਿਟੀ 'ਚ ਪ੍ਰਿੰਟ ਕਰਨਿਆ ਵਾਂ, 2 ਘੰਟੇ 20 ਮਿੰਟ ਲੱਗਣਗੇ ਇਹਨੂੰ ਪ੍ਰਿੰਟ ਹੋਣ 'ਚ, ਅਤੇ ਪ੍ਰਿੰਟਰ ਕੰਮ ਸਟਾਰਟ ਕਰਤਾ ਆ ਵੇਖੋ 17 ਮਿੰਟ ਹੋ ਗਿਆ ਲੱਗੇ ਨੂੰ, ਠੀਕ ਹੈ ਜੀ। ਅਤੇ ਦੂਜੇ ਪਾਸੇ ਇੱਧਰ ਦੇ ਹਾਲਾਤ ਵੇਖ ਲਓ ਤੁਸੀਂ ਮੇਜ਼ ਦੇ, ਅਤੇ ਆਹ ਬੈਟਰੀਆਂ ਮੈਂ ਚਾਰਜ ਲਾਈਆਂ ਹੋਈਆਂ ਨੇ ਕਿਉਂਕਿ ਅੱਜ ਸ਼ਾਮ ਦਾ ਪਲਾਨ ਆ ਮੇਰਾ ਇੱਕ ਵੀਡੀਓ ਸ਼ੂਟ ਕਰਨ ਦਾ, ਅਤੇ ਬਾਕੀ ਐਗਜ਼ੈਕਟ ਸ਼ਾਮ ਨੂੰ ਹੀ ਪਤਾ ਲੱਗੂਗਾ ਕਿਹੜੀ ਵੀਡੀਓ ਸ਼ੂਟ ਕਰਨੀ ਹੈ। ਅਤੇ ਆਹ ਹਾਲਾਤ ਵੇਖ ਲਓ ਇੱਥੇ, ਇਹ ਗੋਪੀ ਕੱਲ੍ਹ ਟਰੈਕਟਰ ਚਲਾਉਂਦਾ ਰਿਹਾ, ਕੱਲ੍ਹ ਮੁੰਡੇ ਆਏ ਸੀਗੇ ਅਤੇ ਮੈਨੂੰ ਲੱਗਦਾ ਉਹਨਾਂ ਨੇ ਟਰੈਕਟਰ ਟਰੂਟਰ ਚਲਾਏ ਨੇ, ਗੋਪੀ ਟਰੈਕਟਰ ਉਵੇਂ ਹੀ ਚੱਕ ਕੇ ਅੰਦਰ ਲਾਇਆ। ਅਤੇ ਹੁਣ ਇੱਥੇ ਮਿੱਟੀ ਵੇਖੋ, ਇਹ ਵੀ ਹੁਣ ਸਾਫ਼ ਕਰਨਾ ਪੈਣਾ, ਬਾਕੀ ਚਲੋ ਵਹਿੰਦੇ ਹਾਂ ਸ਼ਾਮ ਜੀ ਨੂੰ ਸਾਫ਼ ਕਰਾਂਗੇ ਹੁਣ, ਕਿਉਂਕਿ ਸ਼ਾਮ ਨੂੰ ਅਜੇ ਹੋਰ ਵੀਡੀਓ ਸ਼ੂਟ ਕਰਨੀ ਹੈ, ਹੋ ਸਕਦਾ ਹੋਰ ਮਿੱਟੀ ਆ ਜੇ। ਅਤੇ ਬਾਕੀ ਕੰਮ ਤੁਹਾਡੇ ਸਾਹਮਣੇ ਹੈ ਸਾਰਾ, V8 ਵਾਲਾ ਕੰਮ ਵੀ ਇੱਥੇ ਰੁਕਿਆ ਹੋਇਆ, ਬੈਂਟਰੀ ਬਾਕਸ ਪ੍ਰਿੰਟ ਕੀਤਾ ਸੀਗਾ ਅਜੇ ਅਸੈਂਬਲ ਨਹੀਂ ਕੀਤਾ, ਅਤੇ ਆਪਣੇ 5310 ਦੇ ਟਾਇਰ ਨੇ ਇਸ ਜੋਨੀਅਰ ਦੇ, ਪ੍ਰਿੰਟਰ ਹੁਣ ਚੱਲੂਗਾ 2 ਘੰਟੇ, ਅਤੇ ਮੈਨੂੰ ਲੱਗਦਾ 2 ਕੁ ਘੰਟੇ ਲੱਗਣੇ ਮੈਨੂੰ ਪੈਲੀ 'ਚ, ਅਤੇ ਉਹ ਕੰਮ ਨਿਬੇੜ ਕੇ ਆਉਂਦੇ ਹਾਂ, ਅਤੇ ਉਨੇ ਚਿਰ ਨੂੰ ਅੱਜ ਗਾਰਡ ਵੀ ਆਪਣਾ ਪ੍ਰਿੰਟ ਹੋ ਜੂਗਾ। ਉਹ ਵੀ ਮੁੰਡੇ ਉਹ ਲਗਭਗ 2 ਘੰਟੇ ਹੋ ਚੱਲੇ ਨੇ ਪ੍ਰਿੰਟਰ ਨੂੰ ਚੱਲਦਿਆਂ ਨੂੰ, ਅਤੇ ਜਿੱਦਾਂ ਕਿ 2 ਘੰਟੇ 20 ਮਿੰਟ ਲੱਗਣੇ ਆ ਪ੍ਰਿੰਟ ਹੋਣ 'ਚ ਪੂਰਾ। ਅਤੇ ਇੱਥੇ ਮੈਂ ਆਇਆ ਸੀਗਾ ਪੈਨ ਡਰਾਈਵ ਲੈ ਕੇ, ਆਪਣੇ ਟਰੈਕਟਰ 'ਚੋਂ ਪੈਨ ਡਰਾਈਵ ਕੱਢ ਕੇ ਲਿਆਇਆ ਸੀ, ਅਤੇ 10-15 ਨਵੇਂ ਗਾਣੇ ਡਾਊਨਲੋਡ ਕੀਤੇ ਸੀ ਜਿਹੜੇ ਹੁਣ ਮੌਕੇ 'ਤੇ ਲੇਟੈਸਟ ਨੇ, ਅਤੇ ਬਸ ਉਹੀ ਕਾਪੀ ਕਰਨੇ ਸੀ ਇਹਦੇ ਵਿੱਚ, ਕਾਪੀ ਕਰਕੇ ਅਤੇ ਫਿਰ ਟਰੈਕਟਰ 'ਚ ਲਾਉਂਦੇ ਹਾਂ। ਲਓ ਵੀ ਮੁੰਡਿਓ ਆਪਾਂ ਸਲੰਸਰ ਚੇਂਜ ਕਰਤਾ ਸੀ ਟਰੈਕਟਰ ਦਾ, ਕਿਉਂਕਿ ਗਾਂ ਹੁਣ ਪੈਲੀ ਪੂਲੀ ਵਾਹੁਣੀ ਹੈ, ਕਮੀਆਂ ਮਾਰਨੀਆਂ ਰੂਟਾ ਵੀਟਰ, ਅਤੇ ਆਵਾਜ਼ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਕਰਦਾ ਸੀ। ਅੱਜ ਤੋਂ ਪਹਿਲਾਂ ਅੱਗ ਲਾ ਕੇ ਗਏ ਸੀਗੇ ਢੇਰੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਸੀ ਆਪਾਂ ਪਰਾਲੀ ਵਾਲੀਆਂ, ਕਿਉਂਕਿ ਮਟਰਾਂ 'ਤੇ ਤਿਆਰ ਕਰਨੀ ਹੈ, ਅਤੇ ਫਿਲਹਾਲ ਇਹਨੂੰ ਮਾਰਦੇ ਹਾਂ ਪਹਿਲਾਂ ਤਵੀਆਂ, ਉਹਤੋਂ ਬਾਅਦ ਫਿਰ ਵਹਿੰਦੇ ਹਾਂ ਪੈਲੀ ਕਿਵੇਂ ਹੈ ਗਿੱਲੀ ਹੈ ਜ਼ਿਆਦੀ। ਦਿੱਤੀਆਂ ਮਾਰ ਆਪਾਂ ਰੂਟਾ ਵੇਟਰ ਸਵੇਰੇ ਮਾਰਾਂਗੇ ਸ਼ਾਇਦ। ਪ੍ਰਿੰਟਰ ਆਪਦਾ ਕੰਮ ਕਰਕੇ ਖੜਾ ਆਰਾਮ ਨਾਲ, ਠੀਕ ਹੈ। ਆਹ ਵੇਖੋ ਪਲੇਟਫਾਰਮ ਪ੍ਰਿੰਟ ਹੋ ਗਿਆ, ਕੰਮ ਇਹਦੇ 'ਤੇ ਹੁਣ ਹਜੇ ਨਹੀਂ ਹੋਣਾ ਕਿਉਂਕਿ ਮੌਕੇ 'ਤੇ ਆਪਣੀ ਸ਼ੂਟਿੰਗ ਦੀ ਤਿਆਰੀ, ਬੈਟਰੀਆਂ ਵੀ ਚਾਰਜ ਹੋ ਗਈਆਂ ਨੇ, ਇਹਨਾਂ ਨੂੰ ਲਾ ਦਈਏ ਅਤੇ ਸਮਾਨ ਸਾਰਾ ਗੋਪੀ ਲੈ ਗਿਆ ਬਾਹਰ,
ਜਿੰਨੇ ਜਿੰਨੇ ਨਾਲ ਵੀ ਸ਼ੂਟ ਕਰਨਾ ਸੀ ਨਾ ਸਾਰਾ ਸਮਾਨ ਲੈ ਗਿਆ ਟਰੈਕਟਰ ਟਰਾਲੀਆਂ ਸਭ ਕੁਛ ਆਪਾਂ ਨੂੰ ਮੇਨ ਚਾਹੀਦਾ ਕੈਮਰਾ ਹੁਣ ਲੋੜ ਪਈ ਤਾਂ ਇਹਨੂੰ ਵੀ ਲਾਵਾਂਗੇ ਵਿੱਚ ਗੱਲ ਕੀ ਹੈ ਸਮਾਨ ਸਾਰਾ ਆਪਣਾ ਪਹੁੰਚਿਆ ਤਿੰਨ ਟਰੈਕਟਰ ਨੇ ਅੱਜ ਆਹ ਟਰਾਲੀ ਕਰਦੇ ਪਾਸੇ ਲੰਮੀ ਆਹ ਟਰਾਲੀ ਪਾਸੇ ਕਰਦੇ ਹਾਂ ਵੱਡੀ ਟਰਾਲੀ ਪਾਸੇ ਕਰਦੇ ਤੇ ਚਲੋ ਵਹਿੰਦੇ ਆ ਸ਼ੂਟ ਕਰਦੇ ਆ ਤੇ ਮੌਕੇ ਤੇ ਆਪਣੇ ਕੋਲ ਕੰਸੈਪਟ ਹੋਈ ਟਰੈਕਟਰ ਟਰਾਲੀ ਵਾਲਾ ਹੀ ਹੈ ਪਰ ਥੋੜ੍ਹਾ ਜਿਹਾ ਅੱਡ ਕਰਦੇ ਆ ਕੁਛ ਇਸ ਕਰਕੇ ਮੈਂ ਤਿੰਨ ਟਰੈਕਟਰ ਕੱਢੇ ਨੇ ਬਾਹਰ ਠੀਕ ਹੈ ਤੇ ਬਾਕੀ ਚਲੋ ਸ਼ੂਟਿੰਗ ਸਟਾਰਟ ਕਰਦੇ ਇੱਕ ਵਾਰੀ ਵਿੱਚ ਜੇ ਫਿਰ ਤੁਹਾਨੂੰ ਮੈਂ ਦੱਸਾਂਗਾ ਕੀ ਕਹਾਣੀ ਹੈ ਕਿਵੇਂ ਸ਼ੂਟ ਕਰਨਾ ਹੈ ਆਪਾਂ ਜੇ ਤੁਹਾਨੂੰ ਮੈਨੂੰ ਲੱਗਦਾ ਐਂਡ 'ਚ ਤੇਰੇ ਵਾਲੇ ਟਰੈਕਟਰ ਦੀ ਵੀ ਜ਼ਰੂਰਤ ਪੈ ਸਕਦੀ ਹੈ ਇਹਦੀ ਵੀ ਤਾਰ ਤੂਰ ਲਿਆ ਕੇ ਰੱਖੀ ਤੂੰ ਅਤੇ ਲਓ ਵੀ ਮੁੰਡਿਓ ਤਿਆਰੀ ਸ਼ਿਆਰੀ ਹੋ ਰਹੀ ਹੈ ਸ਼ੂਟਿੰਗ ਦੀ ਅਤੇ ਬੈਟਰੀਆਂ ਮੈਂ ਲੈ ਆਇਆ ਕਿਉਂਕਿ ਇਹਨਾਂ 'ਚ ਬੈਟਰੀਆਂ ਹੈ ਨਹੀਂ ਮੌਕੇ 'ਤੇ ਬੈਟਰੀਆਂ ਕੱਢ ਕੇ ਚਾਰਜ ਲਾਈਆਂ ਸੀ ਮੈਂ ਅਤੇ ਬੈਟਰੀਆਂ ਲੈ ਆਇਆ ਹੁਣ ਬਸ ਇਹੀ ਹੈ ਵੀ ਕੋਈ ਗੇਅਰ ਨਾ ਟੁੱਟੇ ਸੁੱਖ ਸੁੱਖ ਨਾਲ ਵੀਡੀਓ ਸ਼ੂਟ ਹੋ ਜਾਵੇ ਨਹੀਂ ਤਾਂ ਨਾ 9-11 ਦਾ ਇਤਿਹਾਸ ਬਹੁਤ ਮਾੜਾ ਇੱਕ ਸਾਈਡ ਪੂਰਾ ਪੱਕਾ ਇੱਕ ਸਾਈਡ ਹੁਣੇ ਹੁਣੇ ਬਣਿਆ ਇਹ ਮੌਕੇ ਦੇ ਹਿਸਾਬ ਨਾਲ ਸਭ ਕੁਝ ਚੇਂਜ ਕਰਨਾ ਪੈਂਦਾ ਸਾਨੂੰ ਸੈਟਅਪ ਬਾਕੀ ਰਾਹ ਦੀ ਲੋੜ ਪੈਣੀ ਨਹੀਂ ਟਰੈਕਟਰ ਇੱਥੋਂ ਤੱਕ ਪਹੁੰਚਣੇ ਨਹੀਂ ਟਰੈਕਟਰ ਉੱਥੋਂ ਹੀ ਨਹੀਂ ਤੁਰਨਾ ਮੈਨੂੰ ਲੱਗਣ ਦਿਆ ਬਾਕੀ ਤੁਹਾਨੂੰ ਵੀਡੀਓ 'ਚ ਵੇਖਣ ਨੂੰ ਮਿਲੂ ਕੀ ਬਣਦਾ ਚਲੋ ਪ੍ਰੀਤ ਪਿੱਛੇ ਪਾਉਂਦੇ ਹਾਂ ਸਾਨੂੰ ਪਹਿਲਾਂ ਟਰਾਲਾ ਵੱਡਾ ਡੰਪਰ ਹੈ ਉਹ ਡੰਪਰ ਛੋਟੀ ਟਰਾਲੀ ਨਹੀਂ ਚੱਲ ਕਰ ਸੈੱਟ ਮਿੱਟੀ ਭਰ ਲਾ ਫੁੱਲ ਅਤੇ ਟਰੈਕਟਰ ਪਿੱਛੇ ਵਾਹ ਪ੍ਰੀਤ ਪਿੱਛੇ ਲਓ ਵੀ ਮੁੰਡਿਓ ਸ਼ੂਟਿੰਗ ਚੱਲਣ ਦਈ ਸੀਗੀ ਅਤੇ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਸ਼ੂਟਿੰਗ ਵਿੱਚ ਹੀ ਰੋਕਤੀ ਆਪਾਂ ਕਿਉਂਕਿ ਤੁਹਾਨੂੰ ਪਤਾ ਵੋਟਾਂ ਵਾਲਾ ਜੁਗਾੜ ਚੱਲਣ ਦਿਆ ਅਤੇ ਸਪੀਕਰ ਲੱਗੇ ਲੰਘ ਦੇਣੇ ਰਿਕਸ਼ੇ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਹੁਣ ਇਹ ਰਿਕਸ਼ਾ ਇੱਥੋਂ ਤੁਰਿਆ ਇਹਨੇ ਉਹ ਤਲਵਾੜਾ ਪਹੁੰਚਦਿਆਂ ਪਹੁੰਚਦਿਆਂ ਅੱਧਾ ਘੰਟਾ ਲਾ ਦੇਣਾ ਉਹਨੇ ਜਦੋਂ ਹਨੇਰਾ ਪੈ ਜਾਣਾ ਅਤੇ ਕੁਆਲਿਟੀ ਨਹੀਂ ਆਉਣੀ ਵਧੀਆ ਬੰਦਾ ਕਰੇ ਤਾਂ ਕਰੇ ਕੀ ਬਾਕੀ ਚਲੋ ਵਹਿੰਦੇ ਹਾਂ ਕਿੰਨਾ ਕੁ ਚਿਰ ਲੱਗਦਾ ਇਹਨੂੰ ਇੱਥੋਂ ਲੰਘ ਲੈਣ ਦਈਏ ਫਿਰ ਸ਼ੂਟ ਕਰਦੇ ਹਾਂ ਅੱਗੇ ਐਂ ਕਰ ਮੋਟਰਸਾਈਕਲ ਆਇਆ ਧੱਕਾ ਲਵਾ ਕੇ ਨੰਘਾਇਆ ਇੱਕ ਤਾਂ ਫੋਰਮੈਨ ਸਾਡਾ ਬਹੁਤ ਹੀ ਢਿੱਲਾ ਵਗਦਾ ਤੂੰ ਜਾ ਯਾਰ ਤੂੰ ਕਨੇਡਾ ਨਿਕਲ ਤੂੰ ਪਹੁੰਚ ਕਨੇਡਾ ਮੈਂ ਆਪੇ ਸ਼ੂਟ ਕਰ ਲੂੰਗਾ ਮਗਰੋਂ ਕੱਲਾ ਕਿਉਂ ਬੰਦੇ ਸੱਦੂਗਾ ਮੈਂ ਬੰਦੇ ਵਾਧੂ ਆਪਣੇ ਕੋਲ ਸ਼ੂਟ ਕਰਨ ਵਾਸਤੇ ਬੰਦਿਆਂ ਦੀ ਕਮੀ ਨਹੀਂ ਗੀ ਲਓ ਵੀ ਤਿੰਨ ਟਰੈਕਟਰ ਪਾ ਕੇ ਵੇਖਣ ਦਾ ਨਿਕਲਣਾ ਤਾਂ ਨਹੀਂ ਗਾ ਸਾਨੂੰ ਪਤਾ ਪਰ ਕੋਸ਼ਿਸ਼ ਸਾਡੀ ਪੂਰੀ ਆ ਕਿਉਂਕਿ ਟਰਾਲੇ 'ਚ ਮਿੱਟ ਬਹੁਤ ਜ਼ਿਆਦਾ ਅਤੇ ਪ੍ਰੀਤ ਵੀ ਵੇਖੋ ਕਿੰਨਾ ਖੁੱਭ ਗਿਆ ਥੱਲੇ ਵੇਖੋ ਅਤੇ ਬਾਕੀ ਚਲੋ ਉਹਨਾਂ ਦੋਵਾਂ ਦੇ ਜਲਵੇ ਵਹਿੰਦੇ ਆ ਕੀ ਕਰਦੇ ਨੇ ਹਾਂ 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 ਚੱਕ ਕੇ ਦੋਵੇਂ ਟਰੈਕਟਰ ਇਕੱਠੇ ਚੱਕ ਲੈਣਾ ਖੱਡਿਆ ਹੀ ਨਾ ਤੁਹਾਡਾ ਟਰੈਕਟਰ ਵਾਪਸ ਪਰਾਂ ਰੱਖ ਪਰਾਂ 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 ਹਾਂ ਉਹ ਸੈਂਟਰ ਆ ਇੱਕ ਖੱਡਾ ਰੋਕ ਕੇ ਦੋਵਾਂ ਦੇ ਟਾਇਰ ਵਿੱਚ ਰੱਖ ਦੇਣਾ ਹਾਂ ਇੱਥੇ ਪਾ ਦੇ ਟੋਚਣ ਹੁਣ ਦੇਖਦੇ ਹਾਂ ਅਸਲ 'ਚ ਨਾ ਟਰੈਕਟਰ ਸਿੱਧਾ ਨਹੀਂ ਉਟੀਚਣ ਦਿਆ ਥੋੜ੍ਹਾ ਜਿਹਾ ਟੇਢਾ ਕਰਕੇ ਹੋ ਸਕਦਾ ਪਰਾਂ ਨੂੰ ਜਿਵੇਂ ਖਿੱਚਾਂਗੇ ਨਾ ਅਤੇ ਉਰਲੇ ਟਾਇਰ ਦਾ ਜਿਵੇਂ ਜ਼ੋਰ ਲੱਗ ਕੇ ਅਤੇ ਨਿਕਲ ਜੇ ਆਹ ਹੀ ਕੋਈ 10% ਚਾਂਸ ਹੈਗੇ ਨੇ ਨਿਕਲਣ ਦੇ ਬਾਕੀ ਚਲੋ ਵਹਿੰਦੇ ਹਾਂ ਕੀ ਬਣਦਾ ਹੁਣ ਇਕੱਲਾ ਬੰਦਾ ਕੀ ਕੁਛ ਕਰੇ ਅਸਲ 'ਚ ਨਾ ਇਹਨਾਂ ਦੇ ਜਿਹੜੇ ਰਿਮੋਟ ਨੇ ਨਾ ਇਹਨਾਂ ਦੀ ਫ੍ਰੀਕੁਐਂਸੀ ਸੇਮ ਹੁੰਦੀ ਸਾਰਿਆਂ ਦੀ ਇਸ ਕਰਕੇ ਨਾ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਦੋਵੇਂ ਕਨੈਕਟ ਹੋ ਜਾਂਦੇ ਨਾ ਆਪਸ 'ਚ ਅਤੇ ਫਿਰ ਦਿੱਕਤ ਆਉਂਦੀ ਕਈ ਵਾਰੀ ਇੱਦਾਂ ਹੋ ਜਾਂਦਾ ਟਰੈਕਟਰ ਇੱਕ ਟਰੈਕਟਰ ਦੋ ਨੇ ਰਿਮੋਟ ਇਕੱਲੇ ਰਿਮੋਟ ਤੋਂ ਹੀ ਦੋਵੇਂ ਟਰੈਕਟਰ ਚੱਲ ਜਾਂਦੇ ਕਈ ਵਾਰੀ ਚਲੋ ਵੀ ਆਪਾਂ ਕਰਦੇ ਹਾਂ ਸ਼ੂਟਿੰਗ ਇੱਥੋਂ ਪਤਾ ਲੱਗੂ ਹੁਣ ਕੀ ਬਣਦਾ ਦੋਵੇਂ ਟਰੈਕਟਰ ਫਸਾ ਕੇ ਹੁਣ ਅੱਡੋ ਅੱਡ ਕਰਕੇ ਸਾਰੇ ਕੱਢਦੇ ਫਿਰਦੇ ਹਾਂ ਵੇਖ ਲਓ ਸਾਡਾ ਫੋਰਮੈਨ ਹੀ ਐਵੇਂ ਦਾ ਐਟਮ ਹੀ ਹੈ ਇਹਨੂੰ ਕਿਹਾ ਸੀ ਟਰੈਕਟਰ ਇੱਧਰ ਨਾ ਪਾ ਇੱਧਰਲੀ ਸਾਈਡ ਪੱਕਾ ਥਾਂ ਇੱਧਰ ਆਉਣ ਦੇ ਨਹੀਂ ਨਹੀਂ ਉੱਧਰ ਰੇਤਾ ਜ਼ੋਰ ਲਾਉਣਗੇ ਟਾਇਰ ਬੜੀ ਸਿਆਣਪ ਵਾਲੀ ਗੱਲ ਕੀਤੀ ਸੀ ਤੂੰ ਮੇਰਾ ਆਈਡੀਆ ਸੀਗਾ ਹੁੱਕ ਤੇ ਵਿੰਗੀ ਹੋਣੀ ਹੋਈ ਹੈ ਜ਼ੋਰ ਲਵਾਇਆ ਇੰਨਾ ਜੌਂਡ ਈਅਰ ਦਾ ਇਹਨੂੰ ਹੁੱਕ ਤੇ ਇੰਨਾ ਲੰਮਾ ਨਟ ਪਾ ਰੱਖਿਆ ਮੁੰਡੇ ਨੇ ਕੀ ਦੱਸਾਂ ਮੈਂ ਤੁਹਾਨੂੰ ਹੁਣ ਇਹ ਕਹਿੰਦਾ ਵੀ ਇੱਧਰ ਨੂੰ ਟਰੈਕਟਰ ਨਹੀਂ ਕੱਢਦੇ ਟਰੈਕਟਰ ਨੂੰ ਇਹਨੂੰ ਪ੍ਰੀਤ ਨੂੰ ਅਤੇ ਮੈਂ ਕਿਹਾ ਨਹੀਂ ਤੂੰ ਇੱਧਰ ਟਰੈਕਟਰ ਪਾ ਪ੍ਰੀਤ ਨਿਕਲਿਆ ਹੁਣ ਵਹਿੰਦੇ ਹਾਂ ਇਹ ਜਿੱਤਦਾ ਕਿ ਆਪਾਂ ਚਲਾਉਣ ਦੀ ਗੱਲ ਨਹੀਂ ਹੁੰਦੀ ਯਕੀਨ ਹੋਣਾ ਚਾਹੀਦਾ ਆਪਦੇ ਟਰੈਕਟਰਾਂ 'ਤੇ ਆ ਵੇਖੀ ਐਵੇਂ ਸੁੱਟ ਤਾਂ ਬਾਅਦ 'ਚੋਂ ਫਿਰ
तू निकल यार, तू जा कनेडा। तू इधर रहने लायक नहीं है, तू जा कनेडा। गो कनेडा, गो कनेडा, गो कनेडा। हुण लम्मा टोचन कीता आपां थोड़ा जिहा, उत्थे ना रेता पोली सीगी, साडा ड्राइवर ही उवें दा सीगा, रेता च फसाता ट्राला। बाकी सोचण वाली गल ओए, ट्राला आया किधरों है जिहड़ा इत्थे फसिया है। पिछे इना था है, सीधा चक के इथे रखा ट्राला। चलो कोई चक्कर नहीं, जिन्ना चर अपना जगाड़ नहीं तैयार हुंदा, उन्ना चर एवें दी वीडियो शूट करनी पैनी आपां नूं। सच मैनू चलाना पैना, आ भी एक प्रॉब्लम है। हुण तीन ट्रैक्टर ने, इन्हां चों एक मैं चलाऊंगा, प्रीत दो गोपी चलाऊगा। यानी मौके ते कोई 10-12 बंदे चाहिए ने अपने वीडियो शूट वास्ते, है ना। एक फोन तो जिवें शूट करे, एक कैमरे दा एंगल वेखे, एक बार जिवें ओह होवे दसण वाला भी आउंदे आउंदे उंदे वाहवा चाहिए आपां नूं। बाकी चलो कोई चक्कर नहीं। हाँ वेखो एटम ने कीता कांड, वेखो चौंडियर दा वेखो हाल की होवे। ट्राली ओथो भी पट लिया सी, इथो घुमा गए, ट्राली एथो भी चढ़ा देनी सी इना। पर आखो जो इना अगे बन लग जाए फिर किड्डा ही ट्रैक्टर होवे नी जोर लाउंदा। ते बाकी कोई चक्कर नहीं, काफी वधिया वीडियो शूट हो गई है, इथे एंड करनी आपां वीडियो। हां वापस उधर नूं मोड़ना नहीं सी, है ना। मैनूं पहलां इह सीगा वी इथों लाऊगा थल्ले नूं, तूं आ राह ते चढ़ा दे ट्रैक्टर। असल जिहड़ा फुल स्पीड सन उत्थे ट्रैक्टर पूरे फॉर्म च सन, इह अगे 911 दी कटाई मोड़ी आया, बस 911 ही लई आया सारिआं नूं लैण बणा के। बाकी बहुत सिरा वीडियो शूट कीती असीं, मेरे वल्लों ते सिरा ही है। बाकी एक हथ नाल इदां शूट कीती, एक हथ नाल मैं ट्रैक्टर चलाउंदा सी, हुण पता नहीं क्वालिटी किदां दी आई है, शेकिंग ज़्यादा है कि नहीं, उह सारा एडिट करन लगे पता लगूगा। ते बाकी बस इत्थे हुण एंड करदे आं वीडियो, एक वीडियो बन गई है बहुत वधिया, अगे वेखांगे होर आपां शूट कर लांगे, ठीक है। ते हुण एक वारी चकदे आं समान सारा ते अंदर चलदे आं। चक समान, चक फिर छेती, मिंट मार मिंट, हुण अखे व्लॉग चालू कर लूगा। लै ये कोई व्लॉग बनाउंदा टाइम है तेरा, सारा दिन व्लॉग ही बनाई जाने। चल आउंदे नहीं हुंदा सीगा बाण नाल बाण टकराउंदे, आया हर व्लॉग ना व्लॉग। चल चक 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 समान चक, जिन्ना व्लॉग चलदा होगा ऑर्डर दूगा। समान चक छेती, समान चक, समान जिन्ना फोन वड्डा होगा महंगा होगा, समान चक जिन्ने सब्सक्राइबर ज्यादा आने ऑर्डर दूगा, समान चक जेड़ा उंज उम्र च वड्डा होगा ऑर्डर दूगा, समान चक सारा। चल चंद्रमा आ गया, जूम बहुत ज्यादा मेरे फोन दा, चंद्रमा ते झंडा लगा वेख जांदा। जूम करके ना फोटो डाउनलोड करके विच ला दी, जूम दी फोटो करता। चल मिंट मार फिर, काम करना आपां। ते उस तो इलावा जिम भी नहीं अज गए, वह भी कैंसल हो गया काम। ते बस व्लॉग भी मैं करदा इत्थे एंड, क्योंकि दो वीडियो एडिट करनी है, कि व्लॉग एडिट करना है, जिहड़ी वीडियो शूट की अज वह भी एडिट करनी है, ठीक है। टाइम ज्यादा लग जू मैनू। ਤੇ ਬਸ ਅੱਜ ਦਾ ਵਲੋਗ ਆਪਣਾ ਇੱਥੋਂ ਤੱਕ ਹੀ ਸੀਗਾ, ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਮਿਲਦੇ ਹਾਂ ਸਵੇਰੇ ਨਵੇਂ ਵਲੋਗ 'ਚ। ਤੇ ਸਵੇਰੇ ਮੇਰੀ ਕੋਸ਼ਿਸ਼ ਹੈ ਕਿ ਆਪਾਂ ਜੋਂਡੀਅਰ 'ਤੇ ਮਾੜਾ ਮੋਟਾ ਕੰਮ ਕਰਾਂਗੇ ਸ਼ੂਟਿੰਗ ਦਾ, ਅਤੇ ਬਾਕੀ ਸਵੇਰੇ ਪਤਾ ਲੱਗੂ ਕੀ ਬਣਦਾ। ਅਤੇ ਜਿਹੜੇ ਵੀਰ ਚੈਨਲ ਦੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਅਤੇ ਵਲੋਗ ਚੰਗਾ ਲੱਗਾ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਠੀਕ ਹੈ ਜੀ।